डिगी खोते तो गुस्सा च भी हारते मरे कौन पुछदा ले मर गया जनवाड़ा तू ओ मर गया तू ओ मर गया तू जिंदा मर गया तेरा भाई जा हैं उठ जाके कौसले च बैठ ओ ना बेच ओए ना बेच टट टट उतरया भाई अच्छा तेरा दिमाग नहीं काम करता ओ तेरे लोग कहन के बिजली नु हाथ लेला तू ले लेंगे बोल चाचा से चल बोल दे सिखे ने दे ओ मेरे बोलना नहीं होदा बोलना ते तू मिनट च आ जू ਮਰਦਾ ਉੱਤੇ ਚੜਾਈ ਤਰਿਆ ਨੇ ਮੈਂ ਗੱਲ ਕੀ ਕਰਦਾ ਚਾਚਾ ਕੀ ਹੋ ਗਿਆ ਕੀ ਹੋ ਗਿਆ ਮੇਰਾ ਥਾਲਾ ਮੈਂ ਤੂੰ ਕਰ ਲਾ ਹੱਕਾ ਮਾਰਦਾ ਹੁਣਾ ਹੈ ਕੀ ਪਹਿਲਾਂ ਉੱਟਾ ਨਹੀਂ ਪੋਣੀ ਉੱਟਾ ਨਹੀਂ ਪੋਣੀ ਆ ਤੇਰੇ ਪਹਿਲਾਂ ਇੱਕ ਬੋਲੇਗਾ ਫਿਰ ਕੀ ਨਾ 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 ਜਾਟਾ ਮਾਰਦਾ ਨਹੀਂ ਹੱਥ ਘਰਾਂ ਚ ਲੈਉਂਗੇ ਜਾ ਉੱਤਰ ਯਾਰ ਨਹੀਂ ਹੈ ਮਾਰਦਾ ਚੌਧਰ ਜੀ ਤੂੰ ਹੈ ਉੱਤਰ ਲੈ ਇਹ ਹੈ ਉੱਤਰ ਲੈ ਇੱਕ ਬੋਲੇ ਨੇ ਚਾਚਾ ਮੈਂ ਦੇਣਾ मर जाएगा थले आके हाँ मौत आई भार दरे छाले उल्टा मचदा है मेरे से आए नी भी मैं उतों ट्रैक्टर लेके आंदा नाल आहो भाई आना आना खड़ा जाने मैं काम कर रहा काम नहीं कर दिता मेरा सारा चाची को सारा कुछ दसू ऐतकी बस सतरी गल है देना जिनी निभनी सी निभ गई जटवैर चढ़िया वा की कह यारे रोख ला वो दाने सिटी जाती है तेरी बेटे वो रोख ला वो दाने बाहर जुड़ी जाते हैं तेरे सारे दिए आहो आप तो पैसे घट नहीं करने आज रोख ला सारे जाने ढोलते आहो दो मिनट सबर नहीं होंगे दो मिनट खड़िया करो है कुत्ता अंगू पाली फसल है बहर जाने डुल रहे हैं अकेली मैं उतनी मूंगी वाला गेर लाई सकता हौली चला रहा उल्टा गल पा के आप ही तो रेस लाना मेरी होर जा रे फिर अगला कहता भी चाचा सौ लगता गाला कड़ता पता नहीं बंदे नू होया की है पर चाचा सौ का दिमाग तो लोड़ पै गया कणक का झाड़ा घट इस करके भी जटवाड़ा तेरे दिमाग से लोड़ पै गया मैनू लगता तेरे बिजलियां लगाउणियां पैणियां मेरे छड़िया वटते पईआं झाड़ घाटा कणक का होर उदो मेरा साला कदे सौरी गया मेरा साला दस लाख रुपया लाया चाचा सौदा रगड़िया गया यार अगे एक गेड़े दे विच एक टंकी भर जाती सी तीन गेड़े आ गए मेरे साले दी एक टंकी भी नहीं भरी रूण तो निकल दे ओ आ जा चाचा जी सौरी आ जा थले मेरी गल सुन वेला तुरिया फिरदा
ਮੈਂ ਤਾਂ ਭਲਾ ਮਸ਼ੀਨਰੀ ਚਲਾ ਰਿਹਾ ਘਾਣਾ ਫੜ ਉਧਰ ਚੱਲ ਮਗਰ ਚੱਲ ਮਸ਼ੀਨ ਓਏ ਛੱਡ ਯਾਰਾ ਪਤਾ ਕਿਤੇ ਗਰੀਬ ਗਰੂਪੇ ਦੇ ਕੰਮ ਆ ਜਾਣਗੇ ਆ ਜਾਣਗੇ ਵੱਡਾ ਪੁੰਨ ਦਾ ਨਹੀਂ ਬਣਦੇ ਤੂੰ ਮੈਨੂੰ ਆ ਦੱਸ ਹੈਲੋ ਹੈ ਕਿੰਨੇ ਟਰੈਕਟਰ ਬੋਲ ਗਏ ਦੇ ਵਿੱਚ ਇਹ ਲੈ ਤਾਂ ਮੈਂ ਭਰਾ ਲਈਆਂ ਪਰ ਭਰਾ ਲਈ ਪੂਰੀ ਆਹੋ ਭਰ ਗਈ ਇੱਕ ਟੈਂਕੀ ਨਾਲ ਹੀ ਭਰ ਗਈ ਹੈ ਇੱਕ ਵਕਤ ਤੂੰ ਜਈ ਪਿਆ ਅੱਠ ਗੇੜੇ ਆ ਗਏ ਮਸ਼ੀਨ ਚ ਕੁੱਖ ਨਹੀਂ ਕਣਕ ਚਾਹੇ ਨਹੀਂ ਜਲ ਕਣਕ ਦੇ ਨਾ ਨਿਕਲ ਨਹੀਂ ਰਹੀ ਬੜਾ ਯਾਰ ਤੂੰ ਤਾਂ ਕਹਿੰਦਾ ਸੀ ਕਣਕ ਐਜ ਐਚ ਕੇ ਹੈ ਜੇ ਬੰਦਾ ਮਾਰ ਲਈ ਫੜਾਊਗਾ ਆਪੀ ਕਣਕ ਓਏ ਉਹਦੋਂ ਕਣਕ ਕਹਿੰਦੀ ਸੀ ਬੰਦਾ ਮਾਰ ਫੜਾਊ ਮੈਂ ਆਪੇ ਹੁਣ ਕਣਕ ਕਹਿੰਦੀ ਵੇਖੀ ਕਿਸੇ ਨੂੰ ਗਾਲ ਕੱਢ ਬੈਠੇ ਮੈਥੋਂ ਕੁਛ ਨਹੀਂ ਹੋਣਾ ਯਾਰ ਕੀ ਕਰਾਂ ਕਹ ਲੈ ਝਾੜੀ ਬਹੁਤ ਘੱਟ ਨਿਕਲਦਾ ਯਾਰ ਕਿਆ ਇਹ ਤਾਂ ਰੱਬ ਦੇ ਰੰਗ ਹੈ ਇਹ ਬੰਦੇ ਕੀ ਗੱਲ ਤੇਰੇ ਤੂੰ ਵੀ ਦੇਖ ਲੈ ਕਰ ਉਹਦਾ ਖੁੱਲਾ ਪਾਣੀ ਛੱਡ ਕੇ ਸੌ ਜਾਂਦਾ ਸੀ ਤਾਂ ਰੇ ਮੈਂ ਬਰਾਬਰ ਕਰੀ ਸਪਰੇ ਮੈਂ ਬਰਾਬਰ ਕਰੀ ਗਰਮੀ ਐਤ ਕੀ ਚਾਚਾ ਪਹਿਲਾਂ ਵੱਧ ਪੈ ਗਈ ਇਸ ਕਰਕੇ ਹੋ ਗਿਆ ਕੰਮ ਐਤ ਕੀ ਦਾ ਯਾਰ ਕਹਿਲਾ ਮੈਨੂੰ ਐ ਲੱਗਦਾ ਵੀ ਲਿਮਟ ਦਾ ਵਿਆਜ ਵੀ ਨਹੀਂ ਭਰਿਆ ਜਾਣਾ ਝਾੜ ਹੀ ਬਹੁਤ ਘੱਟ ਨਿਕਲ ਰਿਹਾ ਯਾਰ ਸਾਰੀ ਝਾੜਕਾ ਬਹੁਤ ਘੱਟ ਨਿਕਲ ਰਿਹਾ ਕਿੱਧਰ ਨੂੰ ਜਾਊ ਯਾਰ ਜ਼ਿਮੀਂਦਾਰ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਜੀ ਕਰਦਾ ਵੀ ਖੇਤੀ ਕਰਨੀ ਛੱਡ ਦਈਏ ਸਾਲੀ ਖੇਤੀ ਕੀ ਐਤ ਕੀ ਤੇਰੇ ਸਹੁਰੀ ਵਿਆਹ ਗਿਆ ਸੀ ਸਾਲੇ ਦਾ 10 ਲੱਖ ਰੁਪਈਆ ਲਾਇਆ ਉੱਥੇ ਮੇਰਾ ਸਾਲਾ ਡੀਜੇ ਤੇ ਗਾਣੇ ਲਾ ਕੇ ਪ੍ਰਾਹੁਣਾ 10 ਲੱਖ ਹੋਣ ਗਿਆ ਤੇਰਾ 10 ਲੱਖ ਨੂੰ ਟਿਕਾਣਾ ਉਹੀ ਭਕਾਈ ਮਾਰੀ ਨਾ ਗੱਲ ਥੋੜੇ ਮੋਟੇ ਲੱਗ ਰਹੇ 10 ਲੱਖ ਯਾ ਕਿੰਨੇ ਪੈਸੇ ਸੱਟੇ ਤੂੰ ਸਾਲੀਆਂ ਤੋਂ ਦੀ 3-4 ਲੱਖ ਸਾਲੀਆਂ ਤੋਂ ਦੀ ਸਿਰ ਤੇ ਮੇਰੇ ਸਾਲੇ ਨੇ ਤੇਰੇ ਬਿਨਾਂ ਡੀਜੇ ਤੋਂ ਦੀ ਹੈ ਉਹਦਾ ਨਾਂ ਚੱਕਦਾ ਲਿਮਟ ਕਿਹਾ ਸੀ ਕਿਸੇ ਨੇ ਹੈ ਫਾਰਚੂਨਰ ਲਿਆ ਸਕਾਰਪੀਓ ਲਿਆ ਹੈ ਤੇ ਸਿਰ ਤੇ ਡੀਜੇ ਤੇ 5-6 ਲੱਖ ਰੁਪਈਆ ਓਏ ਉਹੀ 3-4 ਲੱਖ ਮੈਨੂੰ ਦਿੰਦਾ ਮੈਂ ਆਪਦੀ ਸਾਲੀ ਨੂੰ ਕੱਢ ਕੇ ਲੈ ਜਾਂਦਾ ਮੈਂ ਤੈਨੂੰ ਗੱਲ ਦੱਸਾਂ ਇੱਕ ਤਾਂ ਝਾੜ ਕੱਟ ਨਿਕਲ ਰਿਹਾ ਹੈ ਉੱਤੇ ਭਕਾਈ ਨਾਲ ਬਾਲੀ ਮਾਰੀ ਚੱਲ ਮੈਂ ਤੇਰੇ ਗੱਲ ਤੇ ਵਜੂੰਗਾ ਬੱਲੇ ਤੇਰੇ ਇਹ ਕਿ ਡਿੱਗੀ ਖੇਤੇ ਤਾਂ ਗੁੱਸਾ ਕਮਿਆਰ ਤੇ ਕਣਕ ਨਿਕਲ ਨਹੀਂ ਰਹੀ ਮੇਰੇ ਚ ਦੋਸ਼ ਕੱਢ ਰਿਹਾ ਹੈ ਜੇ ਬੈਗ ਜਾ ਤੂੰ ਜਾ ਤੂੰ ਬੈਗ ਜਾ ਤੇਰਾ ਹੈ ਜਾਬੜਾ ਜਾਬੜਾ ਖੇਤ ਤੇਰਾ ਕਣਕ ਤੇਰੀ ਵਗ ਜਾ ਹੈ ਨਹੀਂ ਦਿਮਾਗ ਚਾਚਾ ਤੇਰੇ ਬਿਜਲੀਆਂ ਲੱਗਣਗੀਆਂ ਤੇਰੇ ਹੁੰਦੇ ਤਾਂ ਪਾਗਲ ਖਾਨੇ ਓਏ ਮੇਰੇ ਛੜੇ ਹਿੱਲ ਗਿਆ ਦਿਮਾਗ ਤੇਰਾ ਚਾਚਾ ਐਤ ਕੀ ਐਕਸੀਡੈਂਟ ਬਹੁਤ ਹੋਣਗੇ ਓਏ ਕਿਉਂ ਓਏ ਕਣਕ ਸਾਰੇ ਜਟਵੈਦਾ ਦੀ ਘੱਟ ਨਿਕਲੀ ਆ ਹਰੇਕ ਮਸ਼ੀਨਰੀ ਚਲਾਉਂਦਾ ਸੋਚਾਂ 'ਚ ਪਿਆ ਜਾਂਦਾ ਵੀ ਘੱਟ ਨਿਕਲੀ ਆ ਘੱਟ ਨਿਕਲੀ ਅੱਠਾ ਐਕਸੀਡੈਂਟ ਬਹੁਤ ਹੋਣਗੇ ਚਾਚਾ ਮੁਰਦਾ ਬੋਲੂ ਕੱਫਣ ਪਾੜੂ ਮੇਰਾ ਸਾਲਾ ਕੋਈ ਚੰਗੀ ਗੱਲ ਬੋਲ ਲਿਆ ਕਰ ਸੱਚ ਬੋਲ ਰਿਹਾ ਹੈ ਸੱਚ ਕਿਉਂ ਬੋਲ ਰਿਹਾ ਤੇਰੀ ਕਾਲੀ ਜ਼ਬਾਨ ਆ ਜਿਹੜੀ ਬਸ ਲੋਕਾਂ ਦਾ ਜਾਣ ਦੇ ਤੂੰ ਚਾਚਾ ਫਿਰ ਤੂੰ ਚੌਧਰ ਜੀ ਚਲਾਉਣਾ ਫਿਰ ਇਹ ਆ ਵੇ ਐਤ ਕੀ ਮੇਰੀ ਸਾਲੀ ਸਰਕਾਰ ਨੇ ਇੱਕ ਪੰਗਾ ਨਵਾਂ ਹੋਰ ਕਰਤਾ ਪਹਿਲਾਂ ਹਾਂ ਮਾਝੂ ਦਾ ਦਾਣੇ ਨੂੰ ਪੁੱਛਦੇ ਨਹੀਂ ਸੁਣਦੇ ਵਿੱਚ ਹੀ ਤੋਲ ਦਿੰਦੇ ਇਸ ਵਾਰੀ ਕਹਿੰਦੇ ਜੇ 6% ਤੋਂ ਕਹਿੰਦੇ ਵੱਧ ਦਾਣੇ ਮਾਝੂ ਹੋਣਗੇ ਤਾਂ ਤੋਲਦੀ ਨਹੀਂ ਹੈਗੇ ਅੱਛਾ ਚਾਚਾ ਇਹ ਕੀ ਗੱਲ ਹੈ ਓ ਤੇਰੀ ਓ ਖਾਣਾ ਮੇਰਾ ਮੈਂ ਮੇਰਾ ਥਲਾ ਕਣਕ ਫੂਕੇਗਾ ਤੇਰਾ ਬੇੜਾ ਬਜੇ ਤੇਰਾ ਓ ਮੇਰਾ ਥਲਾ ਸਿਗਰਟ ਪੀਣ ਨੂੰ ਦੱਸ ਤੂੰ ਮਰਦਾ ਓ ਮੈਂ ਬੀੜੀ ਪੀਣ ਲੱਗਿਆ ਸੀ ਮੇਰਾ ਥਲਾ ਜਿਹੜੇ ਹੈਗੇ ਨੇ 4 ਦਾਣੇ ਉਹ ਵੀ ਮਚਾਏਗਾ ਓ ਤੇਰਾ ਬੇੜਾ ਗਰਕ ਹੋ ਜਾ ਤੇਰੀ ਕਾਲੀ ਮੂਛ ਜਿਹੜਾ ਮੇਰਾ ਸਾਰਾ ਮੇਰੇ ਮਾਰੇ ਗਰਕ ਬਾਗਾ ਮਰ ਜਾਏਗਾ ਤੂੰ ਓਏ ਹਲੇ ਤਾਂ ਮੈਂ ਵਿਚਾਲੇ ਖੜ ਕੇ ਪੀਣੀ ਸੀਗੀ ਮਾਰਦਾ ਗੱਲ ਕਲੀਅਰ ਆਂਗੀਆਂ ਹੈ ਆਹੋ ਇਹ ਗੱਲ ਤੇ ਓ ਬੀੜੀ ਲੈ ਰਿਹਾ ਬੀੜੀ ਲੈ ਬੰਦ ਕਰ ਲੈ ਨੂੰ ਮੇਰੀ ਗੱਲ ਸੁਣ ਚਾਚਾ ਮੈਂ ਆ ਨਾ ਵੀ ਮੰਜਾ ਬਿਸਤਰਾ ਵੀ ਘਰੋਂ ਲੈ ਜੀ ਲੱਦ ਕੇ ਨਾਲੇ ਗੱਲ ਸੁਣ ਜਾਤੀ ਫਿਰ ਪੱਖਾ ਲੈ ਜੀ ਰੇਤ ਨੂੰ ਮੱਛਰ ਬਹੁਤ ਲੜਦਾ ਮੰਡੀ ਦੇ ਵਿੱਚ ਆਹੋ ਕਿਉਂ ਕਿਉਂਕਿ ਕਿਉਂ ਆ ਕਿ ਮੰਡੀ 'ਚ ਪਾਊਂਗਾ ਮੈਂ ਕਣਕ ਕੋਲੇ ਓ ਮੈਨੂੰ ਪਤਾ ਪੈਣਾ ਹਰ ਸਾਲੀ ਤੁਹਾਨੂੰ ਪਈ ਜਾਣਾ ਓ ਜਵਾਨੇ ਉਹ ਪੁਰਾਣੇ ਹੋ ਗਏ ਕਹਿ ਲਿਆ ਜਵਾਨੇ ਉਹ ਪੁਰਾਣੇ ਹੋ ਗਏ ਹੁਣ ਮੈਂ ਮੰਡੀ 'ਚ ਲੈ ਕੇ ਜਾਊਂ ਟਰਾਲੀ ਤੈਨੂੰ ਪਤਾ ਹੋਰ ਕਿੱਥੇ ਲੈ ਕੇ ਜਾਈਂ ਮੰਡੀ 'ਚ ਨਹੀਂ ਲੈ ਕੇ ਜਾਂਦਾ ਮੇਰੇ ਨਾਲ ਮੌੜ ਬੈਠਾ ਹੈ ਮੌੜ ਵੀ ਉੱਥੇ ਕਣਕ ਸਿੱਟ ਕੇ ਆਇਆ ਸਾਰੀ ਸੈਲੋ ਦੇ ਵਿੱਚ ਅਡਾਨੀ ਵਾਲੇ 'ਚ ਯਾਰ ਉੱਥੇ ਜਾਣ ਸਾਰੀ ਟਰਾਲੀ ਬਸ ਹੈ ਟਰੈਕਟਰ ਖੜਾਉਣਾ ਹੀ ਹੈ ਖੜਾਉਣ ਸਾਰ ਟਰਾਲੀ ਆ ਮਿਲਕ ਨੂੰ ਲੈ ਜਾਣੀ ਹੈ ਅੱਛਾ ਬਸ ਜਾਂਦੇ ਸਾਰੀ ਟਰਾਲੀ ਵੇਲੀ ਨਾਲੇ ਗੱਲ ਹੋਰ ਸੁਣ ਹਾਂ ਮੰਡੀ ਜਾਵਾਂਗੇ ਝਾੜ ਲਾਉਣਗੇ ਹੈ ਓਏ 1000 ਰੁਪਿਆ ਇੱਕ ਟਰਾਲੀ ਮਗਰ ਫਾਇਦਾ ਹੁੰਦਾ 1000 ਰੁਪਿਆ ਅੱਛਾ ਮਾਲ ਦੀ ਗੱਲ ਹੈ
ਸਾਰੇ ਪਿੰਡਾਂ ਨੂੰ ਕਹਦੇ ਉਹ ਲੋਕ ਦਿਮਾਗ ਲੈ ਪਏ ਲੋਕਾਂ ਦਾ ਮੰਡੀ ਜਾ ਜਿਹੜਾ ਮੱਛਰ ਤੇ ਉੱਥੇ ਬਹਿੰਦੇ ਨੇ ਜਾ ਕੇ ਉੱਥੇ ਜਾ ਕੇ ਫਿਰ ਰੜਕਾ ਮਾਰੀ ਜਾਂਦੇ ਨੇ ਦਾਣਾ ਦਾਣਾ ਇਕੱਠਾ ਕਰਦੇ ਨੇਗੇ ਆਪਣੇ ਜੱਟ ਕਲਾਨਣੇ ਯਾਰ ਚਲੋ ਸਿੱਧਾ ਜਾ ਕੇ ਸੈਲੋ ਚ ਲਾਓ ਪੈਸੇ ਫੜੋ ਪੇਮੈਂਟ ਰੇਟ ਵੀ ਵੱਧ ਮਿਲਦਾ ਆਹ ਰੇਟ ਵੱਧ ਇੱਕ ਵਾਰ ਖੜ ਜਾ ਚਾਚਾ ਮੈਨੂੰ ਫੋਨ ਫੜਾਈ ਜਾਂਦਾ ਮਾੜਾ ਫੋਨ ਫੜਾਈ ਫੋਨ ਫੜਾ ਦੇ ਇੱਕ ਵਾਰ ਮੈਂ ਯਾਰ ਗੱਲ ਤੇ ਸੈਲੋ ਮੈਂ ਵੀਡੀਓ ਬਣਾ ਲੈ ਫੋਨ ਮੈਂ ਮੋਬਾਈਲ ਬੜਾ ਵੀਡੀਓ ਬਣਾਉਣੀ ਹੈ ਇੰਸਟਾ ਤੇ ਪਾਉਂ ਚਾਚਾ ਉਹ ਕਾਦੀ ਵੀਡੀਓ ਬਣਾਉਣੀ ਹੈ ਪਹਿਲੀ ਟਰਾਲੀ ਲੈ ਕੇ ਚੱਲੇ ਤੂੰ ਹਲੇ ਚਲੋ ਮੈਂ ਟਰਾਲੀ ਮੈਨੂੰ ਬਣਾ ਲੈਣ ਦੇ ਵੀਡੀਓ ਉਹ ਲੱਖ ਤਾਂ ਵੱਢ ਕੇ ਘੰਟ ਤੇ ਮੈਂ ਵੇਚ ਕੇ ਖੜ ਜੀ ਹੋ ਜਾਣਾ ਯਾਰ ਕਣਕ ਹਾ ਪੁੱਤਾਂ ਦੇ ਨਾਲ ਮਾਪੇ ਹੁੰਦੇ ਯਾਰ ਜਰਾਂ ਦੀਆਂ ਬਾਹਾਂ ਇੱਕ ਤੇ ਉਹ ਜੱਗ ਜਿਉਂਦਿਆਂ ਦੇ ਮੇਲੇ ਹੁੰਦੇ ਪਾਨਾ ਸ਼ਾਂ ਮਰਿਆ ਨੂੰ ਕੌਣ ਪੁੱਛਦਾ ਲੈ ਮਰ ਗਿਆ ਜਟਵਾੜਾ ਤੂੰ ਉਹ ਕਾਲੀ ਉਹ ਮਰ ਗਿਆ ਤੂੰ ਉਹ ਮਰ ਗਿਆ ਤੂੰ ਜਿਉਂਦਾ ਮਰ ਗਿਆ ਤੇਰਾ ਬਾਈ ਦਾ ਬੇੜਾ ਉਹ ਰਾਨੀਆਂ ਦੇ ਦਫ਼ਤਰ ਚ ਉੱਥੇ ਲਾਉਣ ਚੱਲਿਆ ਸੈਲਰ ਚ ਭੁੱਲ ਗਿਆ ਕੁਰਬਾਨੀਆਂ ਸਾਡੇ ਕਿੰਨੇ ਕਿਸਾਨ ਸ਼ਹੀਦੀਆਂ ਦੇ ਗਏ ਹੈ ਉਹ ਬੱਲੇ ਹੋਏ ਜਟਵੇੜੋ ਉਹ ਤੁਹਾਡੇ ਜ਼ਮੀਰ ਤੇ ਥੂ ਆ ਮੇਰੇ ਉਹ ਛਾਲਿਓ ਉਹ ਬੇੜਾ ਬਹਿ ਗਿਆ ਓਏ ਉਹ 700 ਤੋਂ ਵੱਧ ਸਾਡੇ ਕਿਸਾਨ ਸ਼ਹੀਦੀਆਂ ਪਾ ਗਏ ਓਏ ਕਿੰਨੇ ਚਿਰ ਬੈਠੇ ਰਹੇ ਉਹ ਦਿੱਲੀ ਧਰਨਾ ਲਾ ਕੇ ਉਹ ਭੁੱਲ ਗਏ ਓਏ ਓਏ ਭੁੱਲ ਗਏ ਸਾਰਾ ਕੁਛ ਉਸੇ ਬਾਂਦੀ ਅਡਾਨੀਆਂ ਦਾ ਵਿਰੋਧ ਕਰਦੇ ਸੀ ਅੱਜ ਉਹਨਾਂ ਦੇ ਕਣਕਾਂ ਲਾ ਰਹੇ ਆ ਉਹ ਲਾਈਨਾਂ ਲਾਈ ਬੈਠੇ ਆ ਉਹ ਡੁੱਬ ਕੇ ਮਰ ਜਾ ਉਹ ਭੁੱਲ ਗਏ ਓਏ ਉਹ ਕਿਹੜੀ ਕੌਮ ਆ ਇਹ ਉਹ ਕਿਹੜੀ ਕੌਮ ਆ ਸੂਰ ਵੀਰ ਬਹਾਦਰਾਂ ਦੀ ਕੌਮ ਆ ਅਸੀਂ ਚੱਟਾਂ ਯਾਰ ਹਾਂ ਉਹ ਚੱਟ ਕਿਹੜੀ ਗੱਲਾਂ ਕਰ ਰਹੀ ਨਾ ਯਾਰ ਉਹ ਬੇਇੱਜ਼ਤੀ ਲੱਛਣ ਕਰਾਈ ਜਾਂਦਾ ਮਰ ਜਾ ਜਿਉਂਦਾ ਦਵਾਈ ਪੀ ਕੇ ਫਾਹਾ ਲੈ ਜਾ ਉਹ ਤੂੰ ਸੋਚਿਆ ਵੀ ਕਿਵੇਂ ਓਏ ਗੱਲ ਸੁਣ ਜਿਹੜੀਆਂ ਮੰਡੀ 2 ਘੰਟੇ ਚ ਵੇਚ ਕੇ ਆ ਗਿਆ ਸਾਰੀ ਕਣਕ ਓਏ ਉਹ ਮੁੱਢ ਡੱਬ ਕੇ ਮਰ ਜਾ ਓਏ ਉਹ ਜਾ ਮੌੜਾ ਲੰਡੂ ਜਿਹੜਾ ਤੈਨੂੰ ਸਲਾਹ ਦੇ ਰਿਹਾ ਓਏ ਗੱਲ ਸੁਣ ਚਾਚਾ ਸਿਆ ਓਏ ਅਕਲ ਨੂੰ ਹੱਥ ਮਾਰ ਓਏ ਐਤਕੀ 10 ਜਾਣੇ ਗਿਆਣਗੇ ਨਾ ਪਿੰਡ ਚੋਂ ਅਡਾਨੀਆਂ ਦੇ ਅਗਲੀ ਵਾਰੀ ਸਾਰਾ ਪਿੰਡ ਜਾਊ ਉਹ ਮੰਡੀਆਂ ਬੰਦ ਹੋ ਜਾਣਗੀਆਂ ਉਹ ਐਸੇ ਮੰਡੀਆਂ ਖਾਤਰ ਧਰਨੇ ਲਾਏ ਉਹ ਕਿੰਨੇ ਕਿਸਾਨ ਸ਼ਹੀਦ ਹੋਏ ਉਹ ਡੁੱਬ ਕੇ ਮਰ ਜਾਵੇ ਚਾਚਾ ਸਿਆਂ ਉਹ ਜਰਬ ਜਰਬ ਤੂੰ ਐਡਾ ਫੁੱਦੂ ਬੰਦਾ ਉਹ ਐਡਾ ਫੁੱਦੂ ਬੰਦਾ ਤੇਰੇ ਦਿਮਾਗ 'ਚ ਵੀ ਕਿਵੇਂ ਆਈ ਗੱਲ ਓਏ ਯਾਰ ਬੰਦ ਕਰ ਜਾ ਯਾਰ ਉਹ ਦੱਸ ਕੀ ਕਰ ਜਾ ਉਹ ਸੱਚ ਸੁਣ ਵੀ ਲੈ ਉਹ ਸੁਣ ਵੀ ਲੈ ਸੱਚ ਸੁਣ ਵੀ ਲੈ ਓਏ ਆਪਣੀ ਕਣਕ ਦੀ ਐਤਕੀ ਮੰਗ ਪਤਾ ਕਿੰਨੀ ਆ ਉਹ ਇੱਧਰ ਰੂਸ ਦਾ ਯੁੱਧ ਲੱਗਿਆ ਵਾ ਸ਼੍ਰੀਲੰਕਾ 'ਚ ਤਾਂ ਕਾਲ ਪਿਆ ਓਏ ਘਰੇ ਸਾਂਭ ਕੇ ਰੱਖ ਲਾ 4000 ਕੁਇੰਟਲ ਨੂੰ ਵਿਕੂਗੀ ਓਏ ਮੱਤ ਨੂੰ ਕੀ ਹੋਇਆ ਚਾਚਾ ਸਿਆਂ ਓਏ ਹਾੜੇ ਹਾੜੇ ਓ ਨਾ ਜਾ ਉਹਨਾਂ ਦੇ ਅਡਾਨੀਆਂ ਦੇ ਨਾ ਜਾ ਓਏ ਨਾਲੇ ਤੈਨੂੰ ਪਤਾ ਓਏ ਹੁਣ ਕਾਨੂੰਨ ਵਾਪਸ ਹੋ ਗਏ ਹੁਣ ਅਡਾਨੀਆਂ ਦੇ ਪਤਾ ਗਈ ਜਦੋਂ ਤੇਰੀ ਕਣਕ ਉੱਥੇ ਜਾਵੜੀ ਮੰਡੀਆਂ ਬੰਦ ਹੋ ਜਾਣਗੀਆਂ ਨਾਲੇ ਉਹ ਕੀ ਕਹਦਾ ਪਾਕਾ ਅਨਕਾਉਣ ਪੀ ਜਿਹੜੀ ਹੁੰਦੀ ਆ ਅਨਕਾਉਣ ਪੀ ਡਾਊਨ ਜਾਊਗੀ ਜੇ ਮੰਡੀ ਸੀ ਜਗ੍ਹਾ ਅਕਾਉਣ ਪੀ ਅੱਪ ਜਾਊਗੀ ਮੇਰੇ ਸ਼ਾਲੇ ਦੀ ਤੇਰੇ ਦਿਮਾਗ ਨੂੰ ਕੀ ਹੋਇਆ ਜਟਵੇੜ ਹੈ ਓ ਮੈਂ ਤਾਂ ਤੇਰੇ ਤੇ ਨਾਜ ਕਰਦਾ ਸੀ ਤੂੰ ਤਾਂ ਫਿਰ ਇੱਕ ਫੁੱਦੂ ਬੰਦਾ ਨਿਕਲ ਗਿਆ ਵਾ ਓ ਜਾ ਓ ਚਾਚਾ ਸਿਆ ਜਾ ਓ ਜਰ ਕੇ ਬੜੀ ਗੱਲ ਕਰੀ ਮੇਰੇ ਛਲੇ ਤੂੰ ਇਹ ਓਏ ਤੇਰੇ ਦਿਮਾਗ 'ਚ ਇਹ ਗੱਲ ਆਈ ਵੀ ਕਿਵੇਂ ਓ ਤੁਹਾਡੇ ਅਰਗੇ ਗਵਾਣਾ ਕਰਕੇ ਗੱਲ ਕਾਣੂ ਆਈ ਆ ਗੱਲ ਵੀ ਸੁਣ ਲੈ ਯਾਰ ਮੇਰੇ ਦਿਮਾਗ 'ਚ ਕਿਵੇਂ ਮੜਾ ਪੰਜ ਦਣਾ ਦਾ ਉਂਗਲਾਂ ਲਾਈਆਂ ਰੇ ਕਹਿੰਦਾ ਉੱਥੇ ਬਾਲ ਲੈ ਕੇ ਚੱਲਣੀਆਂ ਆਪਣਾ ਆ ਸੈਲੋ ਚ ਲੈ ਕੇ ਚੱਲ ਸੈਲੋ ਚ ਲੈ ਕੇ ਚੱਲ ਆ ਕਣਕ ਉੱਥੇ ਵੇਚ ਕੇ ਮੁੰਡਾ ਇਹਨੇ ਸਾਰਾ ਕੁਝ ਦੱਸਿਆ ਨਾ ਇੱਕ ਖੂਹ 'ਚ ਡਿੱਗੂ ਨਗਰੇ ਹੀ ਡਿੱਗਣਾ ਫੁੱਦੂ ਬੰਦਾ ਓਏ ਉੱਥੇ ਜਾ ਕੇ ਕਿਉਂ ਸੈਲੋ 'ਚ ਵੇਚਿਆ ਓ ਨਾ ਵਿੱਚ ਓਏ ਨਾ ਵਿੱਚ ਹਾਂ ਮੇਰਾ ਸਾਲਾ ਤੈਨੂੰ ਚਾਚਾ ਜੀ ਕਹਿੰਦੇ ਦਾ ਮੂੰਹ ਨਹੀਂ ਥੱਕਦਾ ਇਹਨੂੰ ਤਾਂ ਫਿਰ ਕੇ ਆਖੇ ਨਹੀਂ ਹੈ ਨਹੀਂ ਕਿ ਓ ਕਰੋੜ ਰੁਪਈਆ ਦੇਣੀ ਤੇਰੇ ਵਰਗਾ ਫੁੱਦੂ ਬੰਦੇ ਦਾ ਮੈਂ ਨਹੀਂ ਰੱਖਦਾ ਓਏ ਮੈਂ ਨਹੀਂ ਤੇਰੀ ਗੱਲ ਦਿਮਾਗ 'ਚ ਪੈ ਗਈ ਬਾਈ ਯਾਰ ਪੈ ਗਈ ਦਿਮਾਗ 'ਚ ਪੈ ਗਈ ਤੇਰੀ ਗੱਲ ਦਿਮਾਗ 'ਚ ਪੈ ਗਈ ਮੈਂ ਨਹੀਂ ਮੈਂ ਮੰਡੀ 'ਚ ਲੈ ਕੇ ਜਾਣਾ ਟਰੈਕਟਰ ਪਰ ਮੌੜ ਵਰਗੇ ਫੁੱਦੂ ਬੰਦੇ ਨੇਗੇ ਕਿ ਕਾਲੀਦਾਰ ਵਾਲੇ ਨੇ ਯਾਰ ਬਾਦਲ ਵਾਲੇ ਬੰਦੇ ਨੇ ਸਾਰੇ ਉੱਧਰ ਲੱਗ ਜਾਂਦੇ ਨੇ ਮੌੜਾ ਯਾਰ ਤੂੰ ਜਵਾ ਫੁੱਦੂ ਬੰਦਾ ਯਾਰ ਤੂੰ ਮੇਰੇ ਦਿਮਾਗ 'ਚ ਬਾੜੀ ਗਾ ਸੈਲੋ 'ਚ ਲੈ ਕੇ ਚੱਲ ਕਣਕ ਸੈਲੋ 'ਚ ਲੈ ਕੇ ਚੱਲ ਟਰਾਲੀ ਵੇਚਾਵਾਂਗੇ ਫੁੱਦੂ ਬੰਦਾ ਹੁਣ ਟਰੈਕਟਰ ਤੋਂ ਉਤਰਿਆ ਬਾਈ ਅੱਛਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਓ ਤੇ ਲੋਕ ਕਹਿੰਦੇ ਬਿਜਲੀ ਨੂੰ ਹੱਥ ਲਾ ਤੂੰ ਲੈ ਲੇਗਾ ਇਹ ਕਿ ਫੇਰੀ ਮੇਰ ਦੇ ਅੱਗੇ ਨਿਕਲੀ ਰਹੀ ਆਈਆਂ ਫੇਰ ਓ ਜਾ ਜਰ ਯਾਰੇ ਮੇਰੇ ਨੇ ਹੋਵੇ ਛਾਲਾ ਮੇਰਾ ਯਾਰ ਉਂਗਲ ਕਿਵੇਂ ਲਵਾਈ ਤੂੰ ਮੈਂ ਤਾਂ ਕਦੇ ਉਂਗਲ ਤੇ ਨਹੀਂ ਮੇਰੀ ਤੇ ਲੱਗਿਆ ਤੂੰ ਹੈ ਮੌੜ ਨੇ ਉਂਗਲ ਲਾਈ ਯਾਰ ਮੌੜ ਨੇ ਉਂਗਲ ਲਾਈ ਆ ਉਹਦੀ ਉਂਗਲ ਤੇ ਲੱਗ ਗਿਆ ਸਾਡੀ ਉਂਗਲ ਫਿਰ ਕੇ ਉਂਗਲ ਨਹੀਂ ਮੌੜ ਉੱਥੇ ਬੈਠ ਗਿਆ ਕਿਆ ਬੈਠ ਕੇ ਆ ਸਾਰਾ ਪਿੰਡ ਦੇ ਮਤਾ ਪਾ ਕੇ ਉਹਨੂੰ ਪਿੰਡ ਚੋਂ ਬਾਹਰ ਕੱਢਦਾ ਭਾਂਡਾ ਚੱਕੋ ਸੈਲੋ ਤੇ ਵਿੱਚ ਕਾਇਆ ਤੈਨੂੰ ਆ ਕੇ ਲਾ ਗਈ ਮੌੜ ਵਿੱਚ ਕਾਇਆ ਸੈਲੋ ਚ ਮੰਡੀ 'ਚ ਸਿੱਟਣੀ ਆ ਕਣਕ ਜਿਹੜਾ ਉੱਥੇ ਜਾਊ ਜਿਹੜਾ ਅਡਾਨੀਆਂ ਦੇ ਜਾਊ ਫੁੱਦੂ ਬੰਦਾ ਮੈਂ ਮੰਜਾ ਬਿਸਤਰਾ ਧਰ ਕੇ ਸਾਰਾ ਗੁੱਤਰਾ ਸੱਤਰ ਫੇਰ ਮੇਰੇ ਸਿਆਲੇ ਦੇ ਇਹ ਹੋਇਆ ਕਿ ਜੇ ਉੱਥੇ ਗਿਆ ਜੱਟਾ ਲੱਤਾਂ ਭੰਨ ਦੂ ਤੇਰੀਆਂ ਬਸ ਠੀਕ ਆ ਨਹੀਂ ਲੈ ਕੇ ਜਾਂਦਾ ਕਿ ਹਾਂ ਬਸ ਫਿਰ ਜਾ ਕੇ ਤੇ ਮੰਡੀ 'ਚ ਲੈ ਕੇ ਹਾਂ ਬਾਈ ਕਾਟ ਕਰਕੇ ਮੈਂ ਤੇਰਾ ਕਰੂੰ ਤੂੰ ਫਿਰ
ਬੰਦੇ ਹੀ ਨਹੀਂ ਬਣਦਾ ਤੂੰ ਕੀ ਆ ਹੋਏ ਜਾ ਬੜਾ ਉੱਥੇ ਚਾਚਾ ਸਿਆ ਆਹੋ ਨਾਲੇ ਗੱਲ ਸੁਣ ਲਓ ਤੁਹਾਨੂੰ ਅਕਲ ਹੈਗੀ ਆ ਕਿ ਨਹੀਂ ਉਹ 100-200 ਰੁਪਈਏ ਪਿੱਛੇ ਉੱਥੇ ਜਾਂਦੇ ਆ ਉਹ ਸਾਡੇ ਕਿਸਾਨ ਸ਼ਹੀਦ ਹੋ ਗਏ ਉਹ ਮੰਡੀਆਂ 'ਚ ਵੇਚ ਲਓ ਜਿਹੜੇ ਉੱਥੇ ਜਾਂਦੇ ਆ ਹੱਥ ਯਾਹ ਵੱਡੂ ਨੀ ਤੈਨੂੰ ਲੱਤਾਂ ਵੜ ਦੂ ਬਾਹਾਂ ਵੜ ਦੂ ਮੇਰੇ ਬੋਲ ਚਾਚਾ ਚੱਲ ਬੋਲ ਦੇ ਸਿੱਖਿਆ ਤੈਨੂੰ ਦੇ ਸਿੱਖਿਆ ਮੇਰੇ ਬੋਲਣਾ ਨਹੀਂ ਆਉਂਦਾ ਬੋਲਣਾ ਤੇ ਤੈਨੂੰ ਮਿੰਟ ਚ ਆ ਜੂ ਦੇ ਸਿੱਖਿਆ ਉਹਨਾਂ ਨੂੰ ਮੈਂ ਮੇਰੇ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਭਰਾਵੋ ਦਿੱਲੀ ਦੇ ਵਿੱਚ ਆਪਾਂ ਜਿਹੜਾ ਐਡਾ ਵੱਡਾ ਅੰਦੋਲਨ ਲੜਿਆ ਜਿਹੜੇ ਸਾਡੇ ਭਰਾ ਮੈਂ ਵੀ ਸਾਡੇ ਇੱਕ ਸਾਡੇ ਪਿੰਡ ਦੇ ਕਈ ਜ਼ਿਮੀਂਦਾਰਾਂ ਦੇ ਪਿੱਛੇ ਲੱਗ ਕੇ ਟਰਾਲੀ ਭਰ ਕੇ ਸੈਲੋ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਜੇ ਆਪਾਂ ਐਵੇਂ ਜੇ ਕਰੂ ਸੈਲੋ ਦੇ ਵਿੱਚ ਅਡਾਨੀਆਂ ਅਡਵਾਨੀਆਂ ਦੇ ਗੋਡਾਮਾਂ ਦੇ ਵਿੱਚ ਕਣਕ ਲਿਜਾਣ ਲੱਗ ਗਏ ਇਸ ਵਾਰੀ ਸ਼ੁਰੂਆਤ ਹੋ ਗਈ ਗਾਹਾਂ ਨੂੰ ਟਰਾਲੀਆਂ ਇਸ ਵਾਰੀ 5 ਜ਼ਿਮੀਂਦਾਰ ਜਾਣਗੇ ਗਾਹਾਂ ਨੂੰ ਸਾਰਾ ਪਿੰਡ ਜਾਊਗਾ ਆਪਾਂ ਦਿੱਲੀ ਦੇ ਵਿੱਚ ਕਿੱਡਾ ਵੱਡਾ ਅੰਦੋਲਨ ਲੜ ਕੇ ਆ ਮੇਰੀ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜੀਆਂ ਕੰਪਨੀਆਂ ਆਪਣੇ ਕਿਸਾਨਾਂ ਦੇ ਵਿਰੋਧੀ ਨੇ ਜਿਹੜੀਆਂ ਕੰਪਨੀਆਂ ਚਾਹੁੰਦੀਆਂ ਨੇ ਕਿ ਪੰਜਾਬ ਦੀ ਜ਼ਮੀਨ ਹੜੱਪ ਕਰ ਲਈਏ ਜੇ ਤੁਸੀਂ ਪਿੱਛੇ ਜਾ ਕੇ ਗਾਇਡ ਨੂੰ ਪੜ੍ਹੋ ਕਿਸਾਨ ਭਰਾਵੋ ਗਾਇਡ ਦੇ ਵਿੱਚ ਕੀ ਹੈ ਗਾਇਡ ਦੇ ਵਿੱਚ ਇਹ ਹੈ ਕਿ ਜਦੋਂ ਇੰਦਰਾ ਗਾਂਧੀ ਦੇ ਟਾਈਮ ਸਰਕਾਰ ਦੇ ਟਾਈਮ ਜਦੋਂ ਸਾਡੇ ਕਿਸਾਨ ਸੀਗੇ ਸਾਡੇ ਸਾਡਾ ਜਿਹੜਾ ਜਿਵੇਂ ਅੱਜ ਸ਼੍ਰੀਲੰਕਾ ਆਰਥਿਕ ਤੰਗੀ ਦੇ ਵਿੱਚ ਦੇਸ਼ ਚੱਲਦਾ ਇਸ ਟਾਈਮ ਸਾਡਾ ਭਾਰਤ ਵੀ ਆਰਥਿਕ ਤੰਗੀ ਦੇ ਵਿੱਚ ਚੱਲਦਾ ਸੀਗਾ ਤਾਂ ਉਦੋਂ ਇੰਦਰਾ ਗਾਂਧੀ ਸਰਕਾਰ ਨੇ ਇਹ ਗੱਲ ਕਹੀ ਸੀਗੀ ਕਿ ਆਪਣੇ ਭਾਰਤ ਨੂੰ ਜੇ ਆਰਥਿਕ ਤੰਗੀ ਦੇ ਵਿੱਚੋਂ ਬਾਹਰ ਕੱਢਣਾ ਤਾਂ ਹਰੀ ਕ੍ਰਾਂਤੀ ਲੈ ਕੇ ਆਓ ਹਰੀ ਕ੍ਰਾਂਤੀ ਲਿਆਉਣ ਦਾ ਜਦੋਂ ਸਾਡੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਸਾਡੇ ਬਜ਼ੁਰਗਾਂ ਨੇ ਗੱਲ ਸੁਣ ਲਓ ਤੇਰਾ ਬਾਪੂ ਤੇ ਮੇਰੇ ਬਾਪੂ ਨੇ ਬਲਦਾਂ ਦੇ ਨਾਲ ਜ਼ਮੀਨਾਂ ਕਰਾਈਆਂ ਸੀ ਆਹ ਮੈਂ ਗੱਲਾਂ ਭੁੱਲ ਗਿਆ ਸੀ ਹੁਣ ਮੇਰੇ ਸਾਰੇ ਦਿਮਾਗ ਚ ਜ਼ਮੀਨਾਂ ਕਰਾ ਕੇ ਕਿਸਾਨ ਭਰਾਵੋ ਆਪਾਂ ਇਹਦੇ ਕਣਕ ਝੋਨਾ ਹੋਣ ਲਾਇਆ 20-20 ਫੁੱਟ ਉੱਚੇ ਟਿੱਬੇ ਚੱਕ ਕੇ ਆਪਾਂ ਜ਼ਮੀਨ ਕਰਾਈ ਤਾਂ ਆਪਾਂ ਇਸ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਤਾਂ ਫਿਰ ਜਿਹੜਾ ਇਹਨਾਂ ਨੇ ਬਾਹਰੋਂ ਪੈਸਾ ਲੈਤਾ ਸੀ ਜਿਹੜਾ ਪੂਰਾ ਗੈਟ ਨੂੰ ਤੁਸੀਂ ਪੜੋਗੇ ਉਹਦੇ ਵਿੱਚ ਕੰਪਨੀਆਂ ਸਾਡੇ ਸਿਰ ਤੇ ਉਹਦੀ ਕਾਬਜ ਹੋ ਗਈਆਂ ਸੀ ਉਦੋਂ ਮਨਮੋਹਨ ਸਿੰਘ ਸਾਡਾ ਆਰਥਿਕ ਹੁੰਦਾ ਸੀਗਾ ਸਾਡਾ ਹੈਂ ਉਦੋਂ ਮਨਮੋਹਨ ਸਿੰਘ ਵਰ ਗਏ ਨੇ ਜਿਹੜੇ ਉਦੋਂ ਗੈਟ ਆਇਆ ਤੇ ਉਦੋਂ ਜਿਹੜੇ ਸਾਡੇ ਪੰਜਾਬ ਦੀਆਂ ਜ਼ਮੀਨਾਂ ਸੀਗੀਆਂ ਉਦੋਂ ਤੋਂ ਹੀ ਵਿਕਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਇਸ ਕਰਕੇ ਜਿਹੜਾ ਹੁਣ ਕਾਨੂੰਨ ਦੁਬਾਰੇ ਫਿਰ ਇਹਨਾਂ ਨੇ ਲੈ ਕੇ ਦੀ ਸਰਕਾਰ ਨੇ ਕਿ ਕੰਪਨੀਆਂ ਹੇਠ ਜ਼ਮੀਨ ਜਾ ਰਹੀ ਸੀ ਕਿ ਜਿਹੜੇ ਅਸੀਂ ਕਾਨੂੰਨ ਵਾਪਸ ਕਰਾਏ ਨੇਗੇ ਉਹੀ ਕੰਪਨੀਆਂ ਨੇ ਬਾਹਰਲੀਆਂ ਅਡਾਨੀਆਂ ਅਡਵਾਨੀਆਂ ਨੇ ਜਿਨ੍ਹਾਂ ਦੇ ਅਸੀਂ ਸੈਲੋ ਦੇ ਵਿੱਚ ਕਣਕ ਲੈ ਕੇ ਜਾ ਰਹੇ ਹਾਂ ਠੀਕ ਬੋਲ ਰਿਹਾ ਹੁਣ ਸਹੀ ਹੈ ਚੱਲ ਬੋਲੀ ਜਾ ਜਾਣਾ ਯਾਰ ਹੁਣ ਅਰੇ ਬੋਲ ਹੁਣ ਪੂਰਾ ਫਲ ਮੈਸੇਜ ਦੇ ਬੋਲੀ ਜਾ ਜਾਣਾ ਯਾਰ ਹੁਣ ਆਪਾਂ ਨਹੀਂ ਬੋਲਦਾ ਯਾਰ ਫਿਰ ਮੈਂ ਗੈਦ ਰਹਿੰਦਾ ਫਿਰ ਬਰਾਵੋ ਜੇ ਤੁਸੀਂ ਮੰਨ ਕੇ ਚੱਲ ਵੀ ਆਪਣੀਆਂ ਜ਼ਮੀਨਾਂ ਬਚਾਉਣੀਆਂ ਨੇ ਤਾਂ ਆਪਣਾ ਜ਼ਿਮੀਂਦਾਰਾ ਭਾਈਚਾਰਾ ਏਕਾ ਰੱਖੋ ਤਾਂ ਸਾਡੀਆਂ ਜ਼ਮੀਨਾਂ ਬਚ ਸਕਦੀਆਂ ਨੇ ਇਸ ਕਰਕੇ ਉਹਨਾਂ ਦੇ ਸੈਲੋਆਂ ਦੇ ਵਿੱਚ ਕਣਕ ਨਾਲ ਲੈ ਕੇ ਜਾਓ ਆਪਣੀਆਂ ਮੰਡੀਆਂ ਦੇ ਵਿੱਚ ਲੈ ਕੇ ਜਾਓ ਜੇ ਮੰਡੀਆਂ ਦਾ ਮੰਨ ਕੇ ਚੱਲ ਕਣਕ ਜਾਣੋ ਹਟ ਗਈ ਮੰਡੀਆਂ ਬੇਕਾਰ ਹੋ ਜਾਣਗੀਆਂ ਤੇ ਉਵੇਂ ਤੈਨੂੰ ਪਤਾ ਜਿਵੇਂ ਕਿ ਕੀ ਹੋਇਆ ਲਾਸਟ ਗੱਲ ਸੁਣ ਲਾ ਹੁਣ ਜਿਵੇਂ ਪ੍ਰਾਈਵੇਟ ਸਰਕਾਰੀ ਸਕੂਲਾਂ ਕੋਲੇ ਪ੍ਰਾਈਵੇਟ ਸਕੂਲ ਖੁੱਲ ਗਏ ਸਕੂਲ ਫੇਲ ਹੋ ਗਏ ਸਰਕਾਰੀ ਤੇ ਜੇ ਮੰਨ ਕੇ ਚੱਲ ਆ ਜਾ ਇੱਧਰ ਨੂੰ ਆ ਜਾ ਜੇ ਮੰਨ ਕੇ ਚੱਲ ਸਰਕਾਰੀ ਹਸਪਤਾਲਾਂ ਕੋਲੇ ਪ੍ਰਾਈਵੇਟ ਹਸਪਤਾਲ ਖੁੱਲ ਗਏ ਤਾਂ ਪ੍ਰਾਈਵੇਟ ਸਰਕਾਰੀ ਹਸਪਤਾਲ ਫੇਲ ਹੋ ਗਏ ਇਸ ਤਰ੍ਹਾਂ ਹੀ ਮੰਡੀਆਂ ਫੇਲ ਹੋ ਜਾਣਗੀਆਂ ਠੀਕ ਹੈ ਸਮਝ ਆ ਗਈ ਤੈਨੂੰ ਸਮਝ ਆ ਗਈ ਸਮਝ ਆ ਗਈ ਚਾਚਾ ਇੱਕ ਗੱਲ ਮੈਂ ਵੀ ਤੈਨੂੰ ਦੱਸਦਾ ਜੱਟ ਉੱਠ ਤੇ ਲੋਹਾ ਇਹ ਮੇਰੇ ਸਾਲੇ ਕੁੱਟੇ ਹੀ ਲੋਟ ਆਉਂਦੇ ਆ ਓਏ ਕਿਉਂ ਬੇਇੱਜ਼ਤੀ ਕਰਦਾ ਕਿਉਂ ਬੇਇੱਜ਼ਤੀ ਕਰਦਾ ਇਹ ਤਾਂ ਪੁਰਾਣੇ ਕਹਾਵਤਾਂ ਬਹੁਤ ਨੇ ਜੱਟਾਂ ਦੀਆਂ ਕਹਿੰਦੇ ਜੱਟ ਨੂੰ ਬਾਅਦ ਚ ਬਾਣੀਆਂ ਨੂੰ ਪਹਿਲਾਂ ਬਾਹਮਣ ਨੂੰ ਮੌਕੇ ਤੇ ਜੱਟ ਨੂੰ ਤਾਂ ਅਕਲੀ ਬਾਅਦ ਚ ਆਉਂਦੇ ਜਦੋਂ ਸਾਰਾ ਕੁਝ ਖਰਾਬ ਖਰੂਬ ਕਰਕੇ ਫਿਰ ਕਹਿੰਦਾ ਆਹ ਕਿਉਂ ਕੰਮ ਖਰਾਬ ਕਰਦਾ ਕਿਆ ਤੋ ਕਰਿਆ ਪਰ ਤੂੰ ਮੌਕੇ ਸਰ ਸੁਧਰ ਗਿਆ ਹਾਂ ਮੇਰੇ ਜਿਹੜਾ ਚਿੱਤਰ ਕਾ ਕੇ ਸੁਧਰਦਾ ਇਹ ਹੋਏ